ਜੇਕਰ ਤੁਸੀਂ ਵੀ ਮੋਹਾਲੀ ਦੇ ਵਿੱਚ ਫਲੈਟ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਇੱਕ ਵਾਰ ਇਸ ਖਬਰ ਨੂੰ ਜ਼ਰੂਰ ਦੇਖ ਲਓ, ਨਹੀਂ ਤਾਂ ਤੁਸੀਂ ਵੀ ਇਹਨਾਂ ਲੋਕਾਂ ਵਾਂਗ ਬਹੁਤ ਵੱਡੀ ਠੱਗੀ ਦਾ ਸ਼ਿਕਾਰ ਹੋ ਜਾਣਾ। ਨੇਹਾ ਸ਼ਰਮਾ ਨਾਮ ਦੀ ਔਰਤ ਅਗਰ ਆਸ-ਪਾਸ ਤੁਹਾਡੇ ਨਜ਼ਰ ਵੀ ਆਉਂਦੀ ਹੈ ਤਾਂ ਤੁਸੀਂ ਉਸ ਤੋਂ ਪਹਿਲਾਂ ਹੀ ਦੂਰੀ ਵੱਟ ਲਓ ਤਾਂ ਬਹੁਤ ਚੰਗੀ ਗੱਲ ਹੋਵੇਗੀ। ਦਰਅਸਲ ਨੇਹਾ ਸ਼ਰਮਾ ਨਾਮ ਦੀ ਔਰਤ ਜੋ ਕਿ ਪ੍ਰੋਪਰਟੀ ਡੀਲਰ ਦੇ ਵਜੋਂ ਕੰਮ ਕਰਦੀ ਹੈ, ਉਹ ਖੜੇ ਪੈਰੀ ਹੀ ਲੋਕਾਂ ਨੂੰ ਆਪਣੀ ਮੋਟੀ ਠੱਗੀ ਦਾ ਜੋ ਹੈ ਸ਼ਿਕਾਰ ਬਣਾ ਲੈਂਦੀ ਹੈ। ਇਸ ਔਰਤ 'ਤੇ ਪਹਿਲਾਂ ਵੀ ਕਈ ਸਾਰੇ ਮਾਮਲੇ ਦਰਜ ਨੇ, ਪਰ ਇਸ ਨੇ ਅਜੇ ਤੱਕ ਵੀ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਣਾ ਨਹੀਂ ਛੱਡਿਆ, ਜਿਸ ਤੋਂ ਬਾਅਦ ਅੱਜ ਕੁਛ ਇਸ ਤਰੀਕੇ ਦੇ ਨਾਲ ਪੁਲਿਸ ਦੇ ਇਹ ਔਰਤ ਜਿਹੜੀ ਹੈ ਹੱਥੇ ਚੜ ਜਾਂਦੀ ਹੈ ਮੌਕੇ 'ਤੇ। ਪੁਲਿਸ ਪ੍ਰਸ਼ਾਸਨ ਦਾ ਕੀ ਕਹਿਣਾ, ਆਓ ਜਰਾ ਸੁਣ ਲੈਂਦੇ ਹਾਂ। ਸਰ, ਇੱਕ ਪ੍ਰਾਪਰਟੀ ਡੀਲਰ ਜਿਹੜੀ ਅੱਜ ਕਾਬੂ ਕੀਤੀ, ਇਹਦੇ ਬਾਰੇ ਜਾਣਕਾਰੀ ਦਿਓ। ਇਹ ਜੀ ਬੇਸਿਕਲੀ ਨੇਹਾ ਸ਼ਰਮਾ ਨਾਮ ਦੀ ਇੱਕ ਪ੍ਰੋਪਰਟੀ ਦਾ ਕੰਮ ਕਰਦੀ ਸੀ, ਲੇਡੀ ਹੌਕ ਰੀਅਲ ਸਟੇਟ ਦੇ ਨਾਮ 'ਤੇ ਇਹਨੇ ਆਪਣਾ ਆਫਿਸ ਜਿਹੜਾ ਖੁੱਲ੍ਹਿਆ ਹੋਇਆ ਸੀਗਾ, ਸੈਕਟਰ 123 ਸਨੀ ਕਲੇਵ ਖਰੜ 'ਤੇ। ਪਹਿਲਾਂ ਇੱਕ ਇਹਦਾ ਆਫਿਸ ਲਾਂਡਰਾਂ ਰੋਡ 'ਤੇ ਵੀ ਸੀਗਾ। ਕੁਛ ਸਮੇਂ ਤੋਂ ਸਾਨੂੰ ਕੋਈ ਨਾ ਕੋਈ ਸੀਕਰਟ ਇਨਫੋਰਮੇਸ਼ਨ ਮਿਲ ਰਹੀ ਸੀ ਕਿ ਇਹਨਾਂ ਦਾ ਜਿਹੜਾ ਹੈਗਾ ਕੰਮਕਾਰ ਦੇ ਵਿੱਚ ਕੁਛ ਨਾ ਕੁਛ ਸ਼ਾਇਦ ਲੋਕਾਂ ਨਾਲ ਠੱਗੀਆਂ ਮਾਰ ਰਹੀ ਹੈ, ਅਤੇ ਸਾਨੂੰ ਕੰਪਲੇਂਟਸ ਹਾਸਲ ਹੋਈਆਂ। ਉਹਨਾਂ ਦੇ ਬੇਸਿਸ 'ਤੇ ਅਸੀਂ ਕਾਰਵਾਈ ਕਰਦੇ ਹੋਏ ਅਤੇ ਸਾਰੀ ਚੀਜ਼ ਵੈਰੀਫਾਈ ਕੀਤੀ ਅਤੇ ਇਹਦੇ 'ਤੇ ਮੁਕੱਦਮਾ ਦਰਜ ਕਰਕੇ ਇਹਨੂੰ ਅਰੈਸਟ ਕੀਤਾ। ਸਰ, ਕਿੰਨੇ ਕੁ ਦੀ ਠੱਗੀ ਮਾਰ ਚੁੱਕੀ ਹੈ ਹੁਣ ਤੱਕ ਲੋਕਾਂ ਨਾਲ ਜੀ? ਇਹ ਜੀ ਅਲੱਗ ਅਲੱਗ ਕੰਪਲੇਂਟਸ ਨੇ, 3 ਅਸੀਂ ਥਾਣਾ ਸਦਰ ਖਰੜ ਵਿਖੇ FIR ਦਰਜ ਕੀਤੀਆਂ ਅਤੇ 2 ਅਸੀਂ ਸਿਟੀ ਖਰੜ ਵਿਖੇ ਦਰਜ ਕੀਤੀਆਂ। ਅਲੱਗ ਅਲੱਗ ਅਮਾਊਂਟ ਦੀਆਂ ਹੈਗੀਆਂ, ਕਿਸੇ ਨਾਲ 1 ਲੱਖ ਰੁਪਏ ਦਾ ਕਿਸੇ ਤੋਂ ਟੋਕਨ ਮਨੀ ਲਿਆ, ਕਿਸੇ ਤੋਂ ਬਿਆਨੇ ਦੀ ਵਿੱਚ ਪੈਸੇ ਲਏ ਨੇ, ਅਲੱਗ ਅਲੱਗ ਅਮਾਊਂਟ ਦੀ। ਕਿਵੇਂ ਠੱਗੀ ਕਿਵੇਂ ਕਰਦੇ ਸੀ? ਇਹਦਾ ਬੇਸਿਕ ਜੀ ਕੋਮਨ ਮੋਡਸ ਅਪਰੈਂਡੀ ਇਹ ਸੀਗਾ ਕਿ ਇਹ ਕਿਸੇ ਨਾ ਕਿਸੇ ਜਿਹੜੇ ਇਹਦੇ ਕੋਲ ਗਾਹਕ ਆਉਂਦੇ ਸੀਗੇ ਉਹਨਾਂ ਨੂੰ ਇਹ ਗੱਲ ਕਹਿੰਦੀ ਸੀ ਵੀ ਜੇ ਕੋਈ ਪ੍ਰੋਪਰਟੀ ਜਾਂ ਫਲੈਟ ਜਾਂ ਪਲੋਟ ਕਿਸੇ ਨੂੰ ਦਿਖਾਉਂਦੀ ਸੀ ਤਾਂ ਉਹਦੇ 'ਚ ਉਹਨਾਂ ਨੂੰ ਕਹਿੰਦੀ ਸੀ ਕਿ ਮੇਰਾ ਜਿਹੜੇ ਉਸ ਪਲੋਟ ਜਾਂ ਫਲੈਟ ਦੇ ਓਨਰ ਨੇ ਉਹਨਾਂ ਨਾਲ ਜਿਹੜਾ ਪੂਰਾ ਫੁੱਲ ਐਂਡ ਫਾਈਨਲ ਐਗਰੀਮੈਂਟ ਹੋਇਆ ਹੋਇਆ ਅਤੇ ਵੀ ਹੁਣ ਮੈਂ ਹੀ ਇਹਦੀ ਮਾਲਕ ਹੈਗੀ ਹਾਂ। ਉਹਦੇ ਵਿੱਚ ਜਾਂ ਤਾਂ ਇਹ ਕਰਦੀ ਸੀਗੀ ਮੋਸਟਲੀ, ਜਾਂ ਫਿਰ ਇਹ ਕਿਸੇ ਨਾ ਕਿਸੇ ਬੰਦੇ ਤੋਂ ਟੋਕਨ ਅਮਾਊਂਟ ਲੈ ਲੈਂਦੀ ਸੀ, ਛੋਟੀ ਅਮਾਊਂਟ ਜਿਵੇਂ 1-2 ਲੱਖ ਅਗਲਾ ਦੇ ਦਿੰਦਾ ਬੁੱਕ ਕਰਨ ਲਈ, ਉਸ ਤਰੀਕੇ ਨਾਲ ਇਹ ਠੱਗੀ ਮਾਰਦੀ ਸੀ। ਸਰ, ਪਤਾ ਲੱਗਿਆ ਕਿ ਇਹ ਪੈਸੇ ਦੀ ਜਗ੍ਹਾ ਜਦੋਂ ਲੋਕ ਪੈਸੇ ਮੰਗਦੇ ਸੀ ਪੈਸੇ ਨਹੀਂ ਸੀ ਦਿੰਦੀ, ਚੈੱਕ ਦੇ ਦਿੰਦੇ ਸੀ, ਕਹਿੰਦੇ ਚੈੱਕ ਵੀ ਬਾਉਂਸ ਹੋਏ ਆ ਜੀ ਕੋਈ? ਹਾਂਜੀ, ਸਾਡੇ ਕੋਲ 2 ਕੇਸਿਸ ਦੇ ਵਿੱਚ ਇਹ ਵੀ ਆਇਆ ਕਿ ਜਿਵੇਂ ਇੱਕ ਅਜੇ ਕੁਮਾਰੀ ਹੈਗੇ ਨੇ ਉਹਨਾਂ ਦਾ ਜਿਹੜਾ ਕੇਸ ਸੀਗਾ ਉਹਦੇ ਵਿੱਚ ਇਹਨੇ 20 ਲੱਖ ਰੁਪਏ ਅਮਾਊਂਟ ਲਈ ਸੀਗੀ, ਜਦੋਂ ਉਹਨਾਂ ਨੇ ਇਹਨਾਂ ਕੋਲ ਪੈਰਵਾਈ ਕੀਤੀ ਵੀ ਰਜਿਸਟਰੀ ਵੀ ਨਹੀਂ ਸਾਡੀ ਹੋ ਰਹੀ ਅਤੇ ਸਾਡੇ ਪੈਸੇ ਵਾਪਸ ਕਰੋ, ਅਤੇ ਉਸ ਪੈਸੇ ਵਾਪਸ ਕਰਨ ਦੀ ਜਗ੍ਹਾ 'ਤੇ ਇਹਨੇ ਉਹਨਾਂ ਨੂੰ ਚੈੱਕ ਦਿੱਤੇ ਜੋ ਚੈੱਕ ਡਿਸਓਨਰ ਹੋ ਗਈ, ਅਤੇ ਉਹਦੇ ਉਪਰੰਤ ਉਹਨਾਂ ਨੇ ਫਿਰ ਸਾਡੇ ਕੋਲ ਕੰਪਲੇਂਟ ਲੌਜ ਕੀਤੀ ਅਤੇ ਅਸੀਂ ਇਹਦੇ 'ਤੇ FIR ਦਰਜ ਕੀਤੀ। ਅਤੇ ਸਰ, ਹੁਣ ਜਿਹੜਾ ਸਿਟੀ ਥਾਣੇ ਮਾ ਮੁਕੱਦਮਾ ਦਰਜ ਹੋਇਆ ਹੈ, ਕਿਆ ਕੋਰਟ ਮਾਨਯੋਗ ਅਦਾਲਤ ਨੇ ਕੋਰਟ ਪੇਸ਼ ਕਰਤੀ ਜੀ? ਹਾਂਜੀ, ਅੱਜ ਇਹਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਇਹਦਾ ਰਿਮਾਂਡ ਹਾਸਲ ਕਰਕੇ ਫਰਦਰ ਪੁੱਛਗਿੱਛ ਇਹਨੂੰ ਕਰਾਂਗੇ। ਸਰ, ਲੱਗਦਾ ਕੋਈ ਹੋਰ ਵੀ ਜਿਹੜੇ ਕੰਪਲੇਂਟ ਆਉਣਗੇ ਹੋਰ ਵੱਡੇ ਖੁਲਾਸੇ ਆਉਣ ਦੀ ਸੰਭਾਵਨਾ ਹੈ ਜੀ? ਹਾਂਜੀ, ਸਾਨੂੰ ਹੈ 1-2 ਕੰਪਲੇਂਟ ਸਾਡੇ ਕੋਲ ਹੋਰ ਵੀ ਇਹਦੇ ਖਿਲਾਫ ਆਈਆਂ ਨੇ ਅਤੇ ਉਹਦੇ ਵਿੱਚ ਵੀ ਅਸੀਂ ਪ੍ਰੀਲਿਮਿਨਰੀ ਵੈਰੀਫਾਈ ਕਰਕੇ ਉਹਦੇ 'ਚ ਵੀ ਇਹਦੇ 'ਤੇ ਕਾਰਵਾਈ ਜਿਹੜੀ ਹੈ ਕਰਾਂਗੇ।